ਅਸੀਂ ਸਾਰੇ ਠੀਕ ਠਾਕ ਹਾਂ ਤੇ ਆਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਹੋਵੋਗੇ ਜਿਵੇਂ ਕਿ ਅੱਜ ਫਿਰ ਅਸੀਂ ਛੋਟੀ ਗੱਡੀ ਦੇ ਵਿੱਚ ਆ ਤੇ ਉਹਦੇ 'ਚ ਸਵਾਰੀਆਂ ਜ਼ਿਆਦਾ ਆ ਤੇ ਅਸੀਂ ਫਿਰ ਇਸੇ ਤਰੀਕੇ ਨਾਲ ਜਾਂਦੇ ਹਾਂ ਅੱਜ ਅਸੀਂ ਜਾ ਰਹੇ ਹਾਂ ਜੀ ਪਠਾਨਕੋਟ ਜਾ ਰਹੇ ਹਾਂ ਵੈਸੇ ਜ਼ਿਆਦਾ ਅਸੀਂ ਅੰਮ੍ਰਿਤਸਰ ਜਾਂਦੇ ਹਾਂ ਪਠਾਨਕੋਟ ਘੱਟ ਜਾਂਦੇ ਹਾਂ ਇੰਨਾ ਜ਼ਿਆਦਾ ਨਹੀਂ ਜਾਂਦੇ ਪੈਂਦਾ ਸਾਨੂੰ ਸੇਮ ਹੀ ਦੋਨੋਂ ਓਨਾ ਹੀ ਪੈਂਦਾ ਓਨਾ ਹੀ ਪਠਾਨਕੋਟ ਅਤੇ ਓਨਾ ਹੀ ਅੰਮ੍ਰਿਤਸਰ ਆ ਅਤੇ ਜ਼ਿਆਦਾ ਅਸੀਂ ਜਾਂਦੇ ਹਾਂ ਅੰਮ੍ਰਿਤਸਰ ਅਤੇ ਅੱਜ ਅਸੀਂ ਚੱਲੇ ਹਾਂ ਪਠਾਨਕੋਟ ਨੋਵਲਟੀ ਮੋਲ ਪਠਾਨਕੋਟ ਚੱਲੇ ਹਾਂ ਨੋਵਲਟੀ ਮੋਲ ਪਿਕਚਰ ਦੇਖਣ ਚੱਲੇ ਹਾਂ ਕਿਹੜੀ ਕਿਹੜੀ ਪਿਕਚਰ जैकेट पाई पता नहीं कदों का बनिया वे हमेशा इंज है कि विलॉग काफी पुराने होंगे लेट आते बाबा मेहर करता ਸਵੇਰੇ ਸਵੇਰੇ ਅਸੀਂ ਵੀ ਕਦੀ ਕਦੀ ਇੱਥੇ ਆ ਜਾਂਦੇ ਹਾਂ ਸਬਜ਼ੀ ਮੰਡੀ ਪਲੈਨਿੰਗ ਮੈਨੂੰ ਤਾਂ ਪਤਾ ਵੀ ਨਹੀਂ ਸੱਤ 12 ਵਜੇ ਤੇ 12 ਵਜੇ ਸਾਰੇ ਨਿਕਲ ਕੇ ਦਾਦੀ ਮੰਮਾ ਨੇ ਨੀ ਪਲੈਨਿੰਗ ਕਰ ਲਈ ਨਾਲ ਮਾਮੂ ਨੇ ਜਿਹੜੇ ਦੋ ਆਏ ਨੇ ਜਾਓ ਜਾ ਕੇ ਹਾਂਜੀ ਹਾਂਜੀ ਨੌਕਰੀ ਕਿਤੇ ਨਖਰਾ ਕੀ ਦਿਹਾੜੀ ਲਾਉਣ ਤੇ ਫਿਰ ਜਾਣਾ ਹੀ ਪੈਂਦਾ ਨਾ ਦਿਹਾੜੀਆਂ ਹੀ ਹੁੰਦੀਆਂ ਪ੍ਰਾਈਵੇਟ ਜੌਬ ਦੀਆਂ ਹੋਰ ਕੀ ਹੁੰਦਾ ਉਹਨਾਂ ਨੇ ਆਉਣਾ 3:30 ਵਜੇ ਐਸ ਰੋਡ ਹੈਗੇ ਭਾਜੀ ਪੈਟਰੋਲ ਪੰਪ ਇੱਥੇ ਵੇਖ ਲਓ ਤੁਸੀਂ ਹੁਣੇ ਆ ਛੜੇ ਆ ਗੁਰਦਾਸਪੁਰ ਤੋਂ ਬਟਾਲੇ ਤੱਕ ਆਟੋ ਹਾਏ ਰੱਬਾ ਕਮਾਲੀ ਹੋਈ ਪਈ ਆ ਰੱਬਾ ਕਮਾਲੀ
ਮੈਂ ਟਿਕਟ ਨਹੀਂ ਗੁਰਜੀਤ ਦੀ ਟਿਕਟ ਨਹੀਂ ਮੈਂ ਆਉਂਗੀ ਤੇ ਚਾਹ ਦੇਵਾਂਗੀ ਭਾਬੀ ਨੂੰ ਤੇ ਚਾਹ ਪੀਣੇ ਨੂੰ ਭੇਜ ਕੇ ਹੋਰ ਨੂੰ ਖਾਣੇ ਭੇਜ ਕੇ ਹੋਰ ਕੇ ਪੀਗਾਈ ਬਸ ਤੋਂ ਉੱਤਰ ਗਈ ਗੋਲ ਗੱਪੇ ਵਾਲੀਆ ਮੈਨੂੰ ਨਾ ਉਹ ਵੇਖ ਕੇ ਬੜਾ ਸਵਾਦ ਲੱਗੇ ਮੈਂ ਕਿਹਾ ਕੀ ਆ ਬਹੁਤ ਸਵਾਦ ਹੋਣੇ ਮੈਂ ਖਾਣ ਤੇ ਗਈ ਹਾਂ ਮੈਨੂੰ ਭਾਜੀ ਆ ਗਏ ਤੇ ਭਾਜੀ ਕਹਿੰਦੇ ਤੇ ਗੋਲ ਗੱਪੇ ਖਾਣੇ ਮੈਂ ਕਿਹਾ ਹਾਂਜੀ ਕਹਿੰਦੇ ਉਹ ਤਾਂ ਤੁਹਾਡੀ ਸਾਰੇ ਜਣੇ ਵੇਟ ਕਰ ਰਹੇ ਚਾਹ ਪੀਵਾਂਗੇ ਮੈਂ ਵੀ ਸੋਚਾਂ ਹਾਏ ਰੱਬਾ 4 ਵਜ ਘੰਟੇ ਲਾ ਕੇ ਪਹੁੰਚਣ ਨਹੀਂ ਰਹੀ ਆ ਭਾਬੀ ਜੀ ਕਹਿੰਦੇ ਇਹਨੂੰ ਇਸ ਵੇਲੇ ਤੱਕ ਆ ਜਾਣਾ ਚਾਹੀਦਾ ਹੀ ਬੜਾ ਟਾਈਮ ਹੋ ਗਿਆ ਚਾਹ ਤਾਂ ਚਾਹ ਕਹਿੰਦੇ ਫਿਰ ਕਹਿੰਦੇ ਬਣਾ ਲਓ ਫਿਰ ਤੁਸੀਂ ਵੇਖੀ ਜਾਓਗੀ ਫਿਰ ਕਹਿੰਦੇ ਨਹੀਂ ਚੱਲ ਠੀਕ ਹੀ ਰਹੀ ਹੁਣ ਆ ਕੇ ਲੈਣ ਜਦੋਂ ਕਹਿੰਦੇ ਲੱਗੇ ਬੜਾ ਫਨੀ ਛੁੱਟੀ ਤੋਂ ਬਾਅਦ ਕਦੀ ਆਟੋ ਤੇ ਚੜ ਤੇ ਚੜ ਬੱਸਾਂ ਚੇਂਜ ਕਰ ਕਰਕੇ ਮਾਂ ਹੀ ਪਹੁੰਚੇ ਜੇ ਪਹੁੰਚੇ ਪਹੁੰਚੇ ਉੱਤੇ ਜਾ ਕੇ ਉਤਰ ਕੇ ਗੋਲ ਗੱਪੇ ਖਾਣ ਲੱਗ ਪਏ ਤੇ ਅਸੀਂ ਚਾਹ ਤਾਂ ਵੀ ਬੈਠੇ ਹਾਲ ਹੈ ਇਹਨਾਂ ਦੇ ਪਹੁੰਚ ਗਏ ਆਪਾਂ ਤੇ ਅੱਛਾ ਆ ਜਾਓ ਜੀ ਇਹ ਸਾਡੀ ਫੈਮਿਲੀ ਅਸੀਂ ਇਕੱਲਿਆਂ ਨੇ ਬੁੱਕ ਕਰਾਇਆ ਮੈਂ ਕਿਹਾ ਅਸੀਂ ਇਕੱਲਿਆਂ ਨੇ ਬੁੱਕ ਕਰਾਇਆ ਇੰਨੀਆਂ ਮੌਜਾਂ ਇਹਨਾਂ ਨੂੰ ਲੱਗੀਆਂ ਨਾ ਭਾਜੀ ਦੀ ਲੱਤ ਮੈਂ ਇੱਕ ਸੀਟ ਤੇ ਆ ਬੈਠੇ ਤੁਸੀਂ ਸੀਟ ਤੇ ਲੱਤਾਂ ਅੱਜ ਤਾਂ ਪੂਰਾ ਹਾਲ ਹੀ ਬੁੱਕ ਕਰਾ ਲਿਆ ਇਹਦੇ ਮਾਈ ਨੇਮ ਇਜ਼ ਗੱਬਰ ਤੁਸੀਂ ਰੱਬ ਦੀ ਕਰੂਪੀ ਦੇਖੋ ਮਾਂ ਬਾਪ ਨੇ ਲੱਭ ਕੇ ਨਾ ਰੱਖਿਆ ਗੱਬਰ ਹੁਣ ਉਹਨਾਂ ਨੂੰ ਵਿਚਾਰੇ ਨੂੰ ਕੀ ਪਤਾ ਸੀ ਬਈ ਇਹਦੀਆਂ ਹਰਕਤਾਂ ਬਸੰਤੀ ਵਾਲੀਆਂ ਹੋਣਗੀਆਂ ਬਸੰਤੀ ਕਿਹਨੂੰ ਕਿਹਾ ਜੀ ਬ੍ਰਦਰ ਕਾਮਨ ਸੈਂਸ ਆ ਤੇਰੇ ਤੋਂ ਇਲਾਵਾ ਇੱਥੇ ਕੋਈ ਹੈ ਹੀ ਨਹੀਂ ਇਸ ਤੋਂ ਪਹਿਲਾਂ ਕਿ ਗੁੱਲੂ ਸ਼ਾਇਰ ਤੇਰਾ ਬਸੰਤੀ ਡਾਂਸ ਕਰਵਾਵੇ ਮੈਨੂੰ ਫਟਾਫਟ ਦੱਸ ਪੰਜਾਬੀ ਰੋਮਾਂਟਿਕ ਨਾਵਲ ਕਿੱਥੇ ਨਹੀਂ ਦੱਸਦਾ ਨਹੀਂ ਦੱਸਦਾ ਆ ਪਿਆ ਜੀ ਸੁੰਦਰ ਤੇ ਰਾਣੀ ਦੀ ਪ੍ਰੇਮ ਕਹਾਣੀ ਵਾਹ ਤਾਇਆ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਯਾਰ ਤੂੰ ਉਹਦਾ ਪਿਓ ਆ ਕਿ ਉਹ ਤੇਰਾ ਪਿਓ ਆ ਮਾੜੀ ਮੋਟੀ ਜ਼ਮੀਰ ਜਗਾ ਯਾਰ ਰੱਬ ਦੀ ਇਹਦੇ ਤਾਂ ਉਹੀ ਸਭ ਤੋਂ ਮੁੱਕੇ ਪਏ ਨੇ ਘਰ ਦਾ ਮੋਰੀ ਹੈ ਤੂੰ ਮਾੜੀ ਮੋਟੀ ਤੜ ਚਾਹੀਦੀ ਹੈ ਬੰਦੇ 'ਚ ਉਹ ਤੜ ਤਾਂ ਪੂਰੀ ਹੈ ਅੱਜ ਵੀ ਛੱਪੜ 'ਚ ਡਿੱਕਰੀ ਮਾਰਾਂ ਤਾਂ 8 ਬੜੂਚੀਆਂ ਪੈਂਦੀਆਂ ਆਮ ਦੋਸ ਵੱਡੇ ਜੇਲਰ ਨੂੰ ਮੈਂ ਵੀ ਉਹਨੂੰ ਦੱਸਦਾ ਮੈਂ ਚੀਜ਼ ਕੀ ਹੈ ਇੱਥੇ ਰੱਖ ਤਾਇਆ ਕੀ ਹੋਇਆ ਤੁਸੀਂ ਇੱਦਾਂ ਖੜੇ ਹੋ ਤਾਇਆ ਬੋਲੋ ਬੋਲੋ ਬੋਲ ਕੀ ਬੋਲਣਾ ਆ ਬਸ ਮੈਂ ਬੋਲਣਾ ਸੀਗਾ ਕਿ
जगे तू बंदा बनना है कि नहीं? टीवी आज फिर चल रहा है जगदेश्वर थानू समझा समझा के थक गया पर एक कमले अंदर टबरा के समझण नु राजी नहीं है। जगी तेनू कदों अकल आऊगी? जब तेनू इन्होंने कुछ कहा तो उहदा मतलब आ भी तू वह गल नूं फॉलो करना। लाणेदार ने इस घर दे बंद कर टीवी। तू कहते खाना बन गया चलो खाइए फिर। पुत्र अंबर है सामने गोरी दे घरे रहती सी दस दिन का किराया लैके दूजे दिन ही कटती रही सी बेचारी। मैं अपने घरे ले आई बस दो दिन ही रहूंगी। पता नहीं घरद्या ने किन्ने पैसे कट्टे करके भेजी होनी है। हेलो खाने नू ना इंजॉय करके खाई दा। तुस तां एवें खाने जो पहली बार मिले होवे जिवें दा मिला खाई चलो। पुत खांदे होए बोलदे नहीं हुंदे कई था ही माड़ा मनते हैं। आंटी जी आप बोल बोल के खाई दा। मैं ना कमरे जाके खानी हूँ। मिर्च बहुत है। आर्टिफिशियल जूले ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।